ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਦੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਖਾਸ ਤੌਰ 'ਤੇ ਗੱਲ ਕਰਦੇ ਹਾਂ ਕਿ ਜਿੱਦਾਂ ਸੁਪਨਿਆਂ ਦੇ ਸੰਸਾਰ ਦੇ ਬਾਰੇ। ਸੁਪਨਿਆਂ ਦੇ ਵਿੱਚ ਜੇ ਆਪਾਂ ਉੱਲੂ ਦੇਖਦੇ ਹਾਂ ਤਾਂ ਕੀ ਹੁੰਦਾ? ਤਨ ਦੀ ਹਾਨੀ ਹੁੰਦੀ ਹੈ। ਸਫੇਦ ਸੱਪ ਡੰਗ ਮਾਰਦਾ ਦੇਖਦੇ ਹਾਂ ਤਾਂ ਤਨ ਦੀ ਪ੍ਰਾਪਤੀ ਹੁੰਦੀ ਹੈ। ਲਾਲ ਫੁੱਲ ਦੇਖਦੇ ਹਾਂ ਤਾਂ ਭਾਗਿਆ ਚਮਕਦਾ ਹੈ। ਨਦੀ ਦਾ ਪਾਣੀ ਪੀਣਾ ਦੇਖਦੇ ਹਾਂ ਤਾਂ ਸਰਕਾਰ ਤੋਂ ਲਾਭ ਹੁੰਦਾ ਹੈ। ਧਨੁਸ਼ ਦੇ ਉੱਤੇ ਪ੍ਰਤੰਚਾ ਚੜ੍ਹਾਉਣਾ ਦੇਖਦੇ ਹਾਂ ਤਾਂ ਯਸ਼ ਦੇ ਵਿੱਚ ਵਾਧਾ ਹੁੰਦਾ, ਤਰੱਕੀ ਹੁੰਦੀ ਹੈ। ਕੋਇਲਾ ਦੇਖਦੇ ਆ ਤਾਂ ਫਾਲਤੂ ਦੇ ਵਾਦ ਵਿਵਾਦ ਦੇ ਵਿੱਚ ਫਸਦੇ ਆ, ਯਾਨੀ ਕਿ ਰਾਹੂ ਸਕ੍ਰਿਯ ਹੋ ਜਾਂਦਾ ਹੈ। ਜ਼ਮੀਨ ਦੇ ਉੱਤੇ ਬਿਸਤਰ ਲਗਾਉਣਾ ਦੇਖਦੇ ਆ ਤਾਂ ਲੰਬੀ ਉਮਰ ਹੁੰਦੀ ਹੈ, ਸੁੱਖ ਦੇ ਵਿੱਚ ਵਾਧਾ ਹੁੰਦਾ ਹੈ। ਘਰ ਬਣਾਉਣਾ ਦੇਖਦੇ ਆ ਤਾਂ ਪ੍ਰਸਿੱਧੀ ਮਿਲਦੀ ਹੈ। ਘੋੜਾ ਦੇਖਦੇ ਆ ਤਾਂ ਸੰਕਟ ਦੂਰ ਹੁੰਦੇ ਆ। ਘਾਹ ਦਾ ਮੈਦਾਨ ਦੇਖਦੇ ਆ ਤਾਂ ਧਨ ਲਾਭ ਦੇ ਯੋਗ ਬਣਦੇ ਆ। ਦੀਵਾਰ ਦੇ ਵਿੱਚ ਕਿਲ ਠੋਕਦਾ ਦੇਖਦੇ ਆ ਤਾਂ ਕਿਸੇ ਬਜ਼ੁਰਗ ਵਿਅਕਤੀ ਤੋਂ ਲਾਭ ਮਿਲਦਾ ਹੈ। ਜੇ ਸੁਪਨੇ ਦੇ ਵਿੱਚ ਦੀਵਾਰ ਦੇਖਦੇ ਹਾਂ ਤਾਂ ਸਨਮਾਨ ਵੱਧਦਾ। ਬਾਜ਼ਾਰ ਦੇਖਦੇ ਹਾਂ ਤਾਂ ਗਰੀਬੀ ਦੂਰ ਹੁੰਦੀ ਹੈ। ਮ੍ਰਿਤ ਵਿਅਕਤੀ ਨੂੰ ਪੁਕਾਰਨਾ ਦੇਖਦੇ ਹਾਂ ਤਾਂ ਵਿਪੱਤੀ ਅਤੇ ਦੁੱਖ ਮਿਲਦਾ ਹੈ। ਮ੍ਰਿਤ ਵਿਅਕਤੀ ਨਾਲ ਗੱਲ ਕਰਦੇ ਦੇਖਦੇ ਹੋ ਤਾਂ ਮਨਚਾਹੀ ਇੱਛਾ ਪੂਰੀ ਹੁੰਦੀ ਹੈ। ਮੌਤ ਦੇਖਦੇ ਹੋ ਤਾਂ ਪੁੱਤਰੀ ਪ੍ਰਾਪਤੀ ਹੁੰਦੀ ਹੈ। ਮੋਤੀ ਦੇਖਦੇ ਹੋ ਤਾਂ ਪੁੱਤਰੀ ਪ੍ਰਾਪਤੀ ਹੁੰਦੀ ਹੈ। ਲੂੰਬੜੀ ਦੇਖਦੇ ਹੋ ਤਾਂ ਕਿਸੇ ਬਹੁਤ ਨਜ਼ਦੀਕੀ ਮਿੱਤਰ ਤੋਂ ਧੋਖਾ ਮਿਲਦਾ ਹੈ। ਗੁਰੂ ਦੇਖਦੇ ਹੋ ਤਾਂ ਸਫਲਤਾ ਮਿਲਦੀ ਹੈ। ਗੋਬਰ ਦੇਖਦੇ ਹੋ ਸੁਪਨੇ ਦੇ ਵਿੱਚ ਤਾਂ ਪਸ਼ੂਆਂ ਦੇ ਵਪਾਰ ਦੇ ਵਿੱਚ ਲਾਭ ਮਿਲਦਾ। ਦੇਵੀ ਦੇ ਦਰਸ਼ਨ ਕਰਦੇ ਹੋ ਤਾਂ ਰੋਗਾਂ ਤੋਂ ਮੁਕਤੀ ਮਿਲਦੀ ਹੈ। ਚਾਬੁਕ ਦਿਖਾਈ ਦਿੰਦਾ ਤਾਂ ਝਗੜਾ ਹੁੰਦਾ। ਚੁੰਦਰੀ ਦਿਖਾਈ ਦਿੰਦੀ ਹੈ ਸੌਭਾਗਿਆ ਦੀ ਪ੍ਰਾਪਤੀ ਹੁੰਦੀ ਹੈ। ਛੁਰੀ ਦੇਖਦੇ ਹੋ ਤਾਂ ਸੰਕਟ ਤੋਂ ਮੁਕਤੀ ਹੁੰਦੀ ਹੈ। ਬਾਲਕ ਦੇਖਦੇ ਹੋ ਤਾਂ ਸੰਤਾਨ ਦੇ ਵਿੱਚ ਵਾਧਾ ਹੁੰਦਾ ਹੈ। ਦੋ ਚਮਤਕਾਰੀ ਉਪਾਏ ਤੁਹਾਨੂੰ ਦੱਸਣ ਜਾ ਰਹੇ ਹਾਂ। ਚਮਤਕਾਰ ਤੁਹਾਡੇ ਹੱਥ 'ਚ ਹੈ, ਜਦੋਂ ਉਪਾਏ ਠੀਕ ਕਰੋਗੇ ਤਾਂ ਇੱਦਾਂ ਦੇ ਚਾਂਸ ਬਣ ਜਾਂਦੇ ਆ। ਪਹਿਲੀ ਗੱਲ ਤਾਂ ਵਿਆਹ ਦੀ ਜੇ ਬਾਧਾ ਆ ਰਹੀ ਹੈ ਕਿੱਦਾਂ ਦੂਰ ਹੋ ਸਕਦਾ ਹੈ? ਸੋ ਲੜਕੀ ਨੂੰ ਕੀ ਚਾਹੀਦਾ ਕਿ ਜਨਮ ਕੁੰਡਲੀ ਦੇ ਯੋਗ ਦੇ ਕਾਰਨ ਜੇ ਉਹਦੇ ਵਿਆਹ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਤਾਂ ਮੰਗਲ ਚੰਡਿਕਾ ਸਤੋਤਰ ਦਾ ਪਾਠ ਕਰਨ ਮੰਗਲਵਾਰ ਅਤੇ ਸ਼ਨੀਵਾਰ ਨੂੰ ਸੁੰਦਰ ਕਾਂਡ ਦਾ ਪਾਠ ਕਰਨ, ਇਹਦੇ ਨਾਲ ਵਿਆਹ ਦੀ ਪ੍ਰੋਬਲਮ ਦੂਰ ਹੋ ਜਾਏਗੀ। ਫਿਰ ਵਿਆਹ ਦਾ ਪ੍ਰਭਾਵੀ ਉਪਾਅ ਇੱਕ ਹੋਰ ਹੈਗਾ ਕਿ ਜਿਹਨਾਂ ਲੜਕੀਆਂ ਦੇ ਵਿਆਹ ਯੋਗ ਉਮਰ ਹੋਣ ਦੇ ਬਾਵਜੂਦ ਉਹਨਾਂ ਦਾ ਵਿਆਹ ਨਹੀਂ ਹੋ ਪਾ ਰਿਹਾ ਅਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਸ਼ੁੱਕਰਵਾਰ ਨੂੰ ਜਿਹੜਾ ਹੈ ਰਾਤ ਨੂੰ 8 ਸੁੱਕੇ ਛੁਹਾਰੇ ਪਾਣੀ ਦੇ ਵਿੱਚ ਉਬਾਲ ਕੇ ਪਾਣੀ ਦੇ ਨਾਲ ਹੀ ਆਪਣੇ ਜਿਹੜਾ ਸੌਣ ਵਾਲੀ ਥਾਂ 'ਤੇ ਸਰਾਣੇ ਦੇ ਵਿੱਚ ਰੱਖ ਕੇ ਸੌਣਾ ਚਾਹੀਦਾ। ਸ਼ਨੀਵਾਰ ਨੂੰ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਨਦੀ ਜਾਂ ਜਲ ਦੇ ਵਿੱਚ ਪ੍ਰਵਾਹਿਤ ਕਰ ਦੇਣ। ਬੜਾ ਹੀ ਇਹ ਪ੍ਰਭਾਵਸ਼ਾਲੀ ਉਪਾਅ ਹੈਗਾ। ਆਖਿਰ ਦੇ ਵਿੱਚ ਅੱਜ ਦੇ ਟੋਪਿਕ 'ਤੇ ਆਪਾਂ ਗੱਲ ਕਰਦੇ ਹਾਂ ਕਿ ਲਗਨ ਦੇ ਮੁਤਾਬਿਕ ਇੱਕ ਗ੍ਰਹਿ ਦਾ ਆਪਾਂ ਕਿੱਦਾਂ ਚੁਣਾਵ ਕਰ ਸਕਦੇ ਹਾਂ। ਕੁੰਡਲੀ ਦੇ ਵਿੱਚ ਲਗਨੇਸ਼ ਦੇ ਨਾਲ ਸੰਬੰਧਿਤ ਰਤਨ ਜਿਹੜਾ ਹੈਗਾ ਹਮੇਸ਼ਾ ਉਪਯੋਗੀ ਮੰਨਿਆ ਗਿਆ। ਨਾਲ ਹੀ ਨਾਲ ਭਾਗੇ ਉਹਦੇ ਬਾਧਾ ਮੁਕਤੀ, ਰੋਗ ਨਿਵਾਰਨ, ਧਨ ਪ੍ਰਾਪਤੀ, ਭੌਤਿਕ ਸੁੱਖ, ਅਚਲ ਸੰਪੱਤੀ ਆਦਿ ਦੇ ਲਈ ਰਤਨਾਂ ਦਾ ਚੁਣਾਵ ਜਿਹੜਾ ਹੈ ਜਨਮ ਕੁੰਡਲੀ ਦੇ ਵਿੱਚ ਸਥਿਤ ਹੋਰ ਭਾਵਾਂ ਦੇ ਸਥਿਤ ਗ੍ਰਹਿਆਂ ਦੇ ਮੁਤਾਬਿਕ ਹੁੰਦਾ ਹੈ। ਲੇਕਿਨ ਜਨਮ ਕੁੰਡਲੀ ਦੇ ਵਿੱਚ ਲਗਨ ਦਾ ਮਹੱਤਵ ਕੁੰਡਲੀ ਦੇ ਬਾਕੀ ਭਾਵਾਂ ਤੋਂ ਵੱਧ ਕੇ ਹੈਗਾ। ਸੋ ਜਨਮ ਕੁੰਡਲੀ ਦੇ ਵਿੱਚ ਜਿਹੜਾ ਹੈ ਲਗਨ ਦਾ ਸਵਾਮੀ ਜਿਹੜਾ ਵੀ ਗ੍ਰਹਿ ਹੋਵੇ ਉਸ ਗ੍ਰਹਿ ਦੇ ਨਾਲ ਸੰਬੰਧਿਤ ਰਤਨ ਨੂੰ ਪਹਿਨਣਾ ਜਿਹੜਾ ਬਹੁਤ ਵਧੀਆ ਰਹਿ ਸਕਦਾ ਹੈ। ਸੋ ਜੀਵਨ ਦੀਆਂ ਆਮ ਤੌਰ 'ਤੇ ਸਾਰੀਆਂ ਹੀ ਆਵਸ਼ਕ ਵਸਤੂਆਂ ਨੂੰ ਉਹਦਾ ਸਮਾਵੇਸ਼ ਜਿਹੜਾ ਹੈ ਲਗਨ ਦੇ ਨਾਲ ਹੈਗਾ। ਇਸ ਲਗਨ ਦਾ ਜੋਤਿਸ਼ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ਅਤੇ ਲਗਨ ਦੇ ਸਵਾਮੀ ਗ੍ਰਹਿ ਦੇ ਮੁਤਾਬਿਕ ਰਤਨ ਪਾਉਣ ਦੇ ਨਾਲ ਮਨੁੱਖ ਨੂੰ ਆਯੂ, ਧਨ, ਯਸ਼, ਸ਼ਕਤੀ ਆਦਿ ਸਭ ਕੁਝ ਪ੍ਰੋਪਰ ਮਾਤਰਾ ਦੇ ਵਿੱਚ ਮਿਲਦਾ ਹੈ। ਹੁਣ ਸਵਾਲ ਹੈ ਕਿ ਲਗਨ ਦੇ ਮੁਤਾਬਿਕ ਕਿਹੜਾ ਰਤਨ ਕਿਹਨੂੰ ਪਾਉਣਾ ਚਾਹੀਦਾ? ਮੇਸ਼ ਲਗਨ ਵਾਲੇ ਵਿਅਕਤੀ ਜਿਹੜੇ ਆ ਉਹਨਾਂ ਦਾ ਗ੍ਰਹਿ ਹੈ ਮੰਗਲ ਅਤੇ ਮੁੰਗਾ ਪਾ ਸਕਦੇ ਆ। ਵ੍ਰਿਸ਼ਭ ਲਗਨ ਵਾਲੇ ਸ਼ੁੱਕਰ ਹੈ ਹੀਰਾ ਪਾ ਸਕਦੇ ਆ। ਮਿਥੁਨ ਲਗਨ ਵਾਲੇ ਬੁੱਧ ਹੈ ਪੰਨਾ ਪਾ ਸਕਦੇ ਆ। ਕਰਕ ਲਗਨ ਵਾਲੇ ਚੰਦਰਮਾ ਹੈ ਮੋਤੀ ਪਾ ਸਕਦੇ ਆ। ਸਿੰਘ ਲਗਨ ਵਾਲੇ ਸੂਰਿਆ ਹੈ ਮਾਣਿਕ ਪਾ ਸਕਦੇ ਆ। ਕੰਨਿਆ ਲਗਨ ਵਾਲੇ ਬੁੱਧ ਹੈ ਪੰਨਾ ਪਾ ਸਕਦੇ ਆ। ਤੁਲਾ ਲਗਨ ਵਾਲੇ ਸ਼ੁੱਕਰ ਹੈ ਹੀਰਾ ਪਾ ਸਕਦੇ। ਵ੍ਰਿਸ਼ਚਿਕ ਲਗਨ ਵਾਲੇ ਮੰਗਲ ਹੈ ਮੁੰਗਾ ਪਾ ਸਕਦੇ। ਧਨੂ ਲਗਨ ਵਾਲੇ ਗੁਰੂ ਹੈ ਪੁਖਰਾਜ ਪਾ ਸਕਦੇ। ਮਕਰ ਲਗਨ ਵਾਲੇ ਸ਼ਨੀ ਹੈ ਨੀਲਮ ਪਾ ਸਕਦੇ। ਕੁੰਭ ਲਗਨ ਵਾਲੇ ਸ਼ਨੀ ਹੈ ਨੀਲਮ ਪਾ ਸਕਦੇ ਅਤੇ ਮੀਨ ਲਗਨ ਵਾਲੇ ਗੁਰੂ ਹੈ ਪੁਖਰਾਜ ਪਾ ਸਕਦੇ ਹਾਂ। ਲੇਕਿਨ ਕੋਈ ਵੀ ਸਟੋਨ ਆਪਾਂ ਲੈਬ ਟੈਸਟਿੰਗ ਰਿਪੋਰਟ ਤੋਂ ਬਾਅਦ ਨਹੀਂ ਲੈਣਾ ਚਾਹੀਦਾ, ਉਦੋਂ ਤੋਂ ਬਿਨਾਂ ਨਹੀਂ ਲੈਣਾ ਚਾਹੀਦਾ ਅਤੇ ਜਦੋਂ ਵੀ ਕੋਈ ਸਟੋਨ ਪਾਓ ਕੁੰਡਲੀ ਚੈੱਕ ਕਰਵਾ ਕੇ ਹੀ ਪਾਓ। ਸੋ ਦਰਸ਼ਕੋ, ਕਿੱਦਾਂ ਲੱਗਿਆ ਸਾਡਾ ਅੱਜ ਦਾ ਪ੍ਰੋਗਰਾਮ? ਜੇ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਨਾਲ ਹੀ ਨਾਲ ਸਾਡੇ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਅਤੇ ਨਿਊਜ਼ ਚੈਨਲ ਵਾਇਸ ਆਫ ਏਸ਼ੀਅਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਹਨਾਂ ਨਾਮਾਂ ਤੋਂ ਹੀ ਸਾਡੇ ਫੇਸਬੁੱਕ ਪੇਜਿਸ ਵੀ ਹੈ, ਉਹਨਾਂ ਨੂੰ ਵੀ ਲਾਈਕ ਕਰਕੇ ਤੁਸੀਂ ਲੇਟੈਸਟ ਅਪਡੇਟਸ ਹਾਸਿਲ ਕਰ ਸਕਦੇ ਹੋ। ਇੰਸਟਾਗ੍ਰਾਮ 'ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਅਤੇ ਨਾਲ ਹੀ ਨਾਲ ਤੁਸੀਂ ਸਾਡੇ ਵਟਸਐਪ 'ਤੇ ਐਡ ਹੋਣ ਦੇ ਲਈ ਆਪਣਾ ਨਾਮ, ਸਿਟੀ ਨੇਮ, ਕੰਟਰੀ ਨੇਮ ਸਾਨੂੰ ਭੇਜ ਸਕਦੇ ਹੋ ਜੀ। ਪਿਆਰੇ ਦਰਸ਼ਕੋ, ਸਾਨੂੰ ਪੂਰੇ ਵਿਦੇਸ਼ ਤੋਂ ਮੈਸੇਜਿਸ ਆਉਂਦੇ ਆ ਜਿਹੜੇ ਕਹਿੰਦੇ ਕਿ ਇੰਟਰਨੈਟ 'ਤੇ ਅਸੀਂ ਸਿਰਫ ਦੇਖਿਆ, ਬੰਦੇ ਦਾ ਕੋਈ ਫੋਨ ਨਹੀਂ ਸੀਗਾ, ਕੋਈ ਐਡਰੈਸ ਨਹੀਂ ਸੀਗਾ, ਪਰ ਉਹਦੇ ਬੜੇ ਵੱਡੇ ਵੱਡੇ ਦਾਅਵੇ ਸੀਗੇ ਕਿ 5 ਮਿੰਟ 'ਚ ਘਰ ਬੈਠੇ ਬਿਠਾਏ ਹੱਲ ਕਰੋ, ਮਨਚਾਹਾ ਵਸ਼ੀਕਰਨ ਕਰਾਓ। ਅਸੀਂ ਉੱਥੇ 50,000 ਭੇਜਤੇ, 80,000 ਭੇਜਤੇ, 1,00,000 ਭੇਜਤਾ, ਉਦੋਂ ਬਾਅਦ ਬੰਦੇ ਨੇ ਮਹੀਨੇ ਬਾਅਦ ਫੋਨ ਨੰਬਰ ਹੀ ਚੇਂਜ ਕਰ ਲਿਆ। ਪਿਆਰੇ ਦਰਸ਼ਕੋ, ਇੱਦਾਂ ਦੇ ਜਿਹੜੇ ਲੋਕ ਨੇ ਉਹ ਸਿਰਫ ਜੋਤਿਸ਼ ਦੇ ਨਾਂ 'ਤੇ ਠੱਗੀਆਂ ਮਾਰਨ ਵਾਲੇ ਨੇ। ਇੱਦਾਂ ਦੇ ਲੋਕਾਂ ਦੇ ਚਾਂਸੇ ਦੇ ਵਿੱਚ ਨਾ ਆਓ। ਕਲੀਅਰ 'ਚ ਹੀ ਗੱਲ ਹੈ,
ਕੋਈ ਇੱਦਾਂ ਮਨਚਾਹਾ ਵਸ਼ੀਕਰਨ ਨਹੀਂ ਹੋ ਸਕਦਾ, ਕੋਈ ਵੀ ਇੱਦਾਂ ਮਨਚਾਹਾ ਤੰਤਰ ਨਹੀਂ ਹੋ ਸਕਦਾ, ਅਤੇ 5 ਮਿੰਟ ਦੇ ਵਿੱਚ ਜੋਤਿਸ਼ ਦਾ ਕੋਈ ਉਪਾਅ ਤੁਹਾਡਾ ਹੱਲ ਨਹੀਂ ਕਰ ਸਕਦਾ। ਇਸ ਚੀਜ਼ ਨੂੰ ਪਹਿਲੀ ਗੱਲ ਮੰਨ ਲਓ, ਜੋਤਿਸ਼ ਇੱਕ ਸਾਇੰਸ ਹੈਗੀ ਹੈ, ਇੱਕ ਵਿੱਦਿਆ ਹੈਗੀ ਹੈ, ਜਿਹਦੇ ਨਾਲ ਕੈਲਕੂਲੇਸ਼ਨ ਕਰਕੇ ਹੀ, ਕੁੰਡਲੀ ਦੇਖ ਕੇ ਹੀ ਉਪਾਅ ਕੀਤੇ ਜਾ ਸਕਦੇ ਆ, ਬਟ ਉਹ ਵੀ ਸਲੋਲੀ ਸਲੋਲੀ ਟਾਈਮ ਲੈਂਦੇ ਆ, ਟਾਈਮ ਲੈਣ ਤੋਂ ਬਾਅਦ ਹੀ ਠੀਕ ਹੋ ਪਾਉਂਦਾ। ਜੋ ਕਿਸਮਤ 'ਚ ਹੋਣਾ ਉਹ ਕੁੰਡਲੀ ਜ਼ਰੂਰ ਦੱਸਦੀ ਹੈ, ਲੇਕਿਨ ਉਹਨੂੰ ਤੁਸੀਂ 25% ਘਟਾ ਕੇ ਜਾਂ 25% ਵਧਾ ਕੇ ਹੀ ਆਪਣੀ ਲਾਈਫ ਨੂੰ ਠੀਕ ਕਰ ਸਕਦੇ ਹੋ। ਉਹਦੇ ਨਾਲ ਇੱਕ ਰਤਨ ਪਾ ਕੇ, ਕੁਛ ਦਾਨ ਕਰਕੇ, ਕੋਈ ਪਾਠ ਕਰਕੇ, ਇੱਕ ਰੁਦਰਾਕਸ਼ ਪਾ ਕੇ ਲਾਈਫ ਨੂੰ ਪ੍ਰੋਪਰ ਕਰ ਸਕਦੇ ਹੋ, ਬਟ ਬਹੁਤ ਜ਼ਿਆਦਾ ਚੇਂਜ ਨਹੀਂ ਹੋ ਸਕਦੀ। ਪਿਆਰੇ ਦਰਸ਼ਕੋ, ਅਸੀਂ 20 ਮਈ ਨੂੰ ਆਪਣੀ ਸੰਸਥਾ ਏਸ਼ੀਅਨ ਕਲੱਬ ਇੰਟਰਨੈਸ਼ਨਲ ਦੇ ਵੱਲੋਂ ਇੰਡੀਅਨ ਆਈਡਲ ਅਕੈਡਮੀ ਸਿਮਿਟਰੀ ਰੋਡ ਵਿਖੇ ਇੱਕ ਪ੍ਰੋਗਰਾਮ ਕਰਵਾ ਰਹੇ ਹਾਂ, ਮੰਨਾ ਡੇ ਦੀ ਅਤੇ ਤਲਤ ਮਹਿਮੂਦ ਦੀ ਸ਼ਾਮ, ਉਹਨਾਂ ਦੀ ਯਾਦ ਦੇ ਵਿੱਚ। ਸੋ ਇੱਥੇ ਗੀਤਾਂ ਦਾ ਮੁਕਾਬਲਾ ਹੋਏਗਾ, ਜਿਹੜੇ ਵੀ ਲੋਕ ਪਾਰਟੀਸਪੇਟ ਕਰਨਾ ਚਾਹੁੰਦੇ ਆ, ਕੋਈ ਵੀ ਐਂਟਰੀ ਫੀਸ ਉਹਨਾਂ ਦੀ ਨਹੀਂ ਹੈਗੀ। ਸਿੰਪਲੀ ਤੁਸੀਂ ਆਪਣਾ ਇੱਕ ਗੀਤ ਰਿਕਾਰਡ ਕਰਕੇ ਸਾਨੂੰ ਵਟਸਐਪ 'ਤੇ ਭੇਜਣਾ, ਆਪਣਾ ਜਿਹਦਾ ਸਥਾਈ ਅਤੇ ਇੱਕ ਅੰਤਰਾ ਹੋਵੇ ਸਿਲੈਕਸ਼ਨ ਦੇ ਲਈ, ਸਾਡੀ ਕਮੇਟੀ ਉਹਨੂੰ ਸਿਲੈਕਟ ਕਰੇਗੀ, ਅਤੇ ਫਸਟ, ਸੈਕਿੰਡ, ਥਰਡ ਪ੍ਰਾਈਜ਼ ਜਿਹੜੇ ਹੈਗੇ ਆ ਉੱਥੇ ਹੀ ਜੱਜਸ ਦੇਣਗੇ, ਅਤੇ ਬਾਅਦ ਦੇ ਵਿੱਚ ਯੂਟਿਊਬ 'ਤੇ ਉਹੀ ਵੀਡੀਓ ਆਏਗੀ ਸਾਡੇ ਚੈਨਲ ਵਾਇਸ ਆਫ ਏਸ਼ੀਅਨਸ ਦੇ ਉੱਤੇ, ਫਿਰ ਜਿਹੜਾ ਪਬਲਿਕ ਵਿਊ ਅਸੀਂ ਦੇਖਾਂਗੇ 10 ਦਿਨਾਂ ਦੇ ਵਿੱਚ ਵਿੱਚ ਕਿਸ ਬੰਦੇ ਦੇ ਲਈ ਸਭ ਤੋਂ ਜ਼ਿਆਦਾ ਕਮੈਂਟਸ ਨੇ, ਅਤੇ ਜਿਹਦੇ ਲਈ ਸਭ ਤੋਂ ਵੱਧ ਕਮੈਂਟ ਹੋਣਗੇ ਉਹਨੂੰ ਫਿਰ ਜਿਹੜਾ ਬੈਸਟ ਪ੍ਰਾਈਜ਼ ਵਾਇਸ ਆਫ ਏਸ਼ੀਅਨਸ ਦਾ ਦਿੱਤਾ ਜਾਏਗਾ ਇਸ ਪ੍ਰੋਗਰਾਮ ਦੇ ਲਈ। ਸੋ ਜਿਹੜੇ ਵੀ ਪਾਰਟੀਸਪੇਟ ਕਰਨਾ ਚਾਹੁੰਦੇ ਆ, ਫਟਾਫਟ ਸਾਡੇ ਵਟਸਐਪ ਨੰਬਰ 'ਤੇ ਕੰਟੈਕਟ ਕਰ ਸਕਦੇ ਨੇ। ਹੁਣ ਅੱਜ ਦਾ ਰਾਸ਼ੀਫਲ ਮੇਸ਼ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਅੱਜ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਆ। ਵਰਿਸ਼ਠ ਰਾਸ਼ੀ ਵਾਲਿਆਂ ਦਾ ਸਫ਼ਰ ਦੇ ਦੌਰਾਨ ਅੱਜ ਕੋਈ ਸਮਾਨ ਚੋਰੀ ਹੋ ਸਕਦਾ, ਮੈਥੋਂ ਰਾਸ਼ੀ ਵਾਲਿਆਂ ਨੂੰ ਬਹੁਤ ਭੱਜ ਦੌੜ ਭਰਿਆ ਸਮਾਂ ਹੋਏਗਾ। ਕਰਕ ਰਾਸ਼ੀ ਵਾਲੇ ਜਾਤਕ, ਜਿਸ ਤਰਫ ਵੀ ਜਾਓਗੇ ਅੱਜ ਦਾ ਦਿਨ ਜਿਹੜਾ ਤੁਹਾਡੇ ਲਈ ਬਹੁਤ ਸ਼ੁਭ ਸਾਬਿਤ ਹੋ ਸਕਦਾ ਹੈ। ਸਿੰਘ ਰਾਸ਼ੀ ਵਾਲੇ, ਨਾਮ ਮਾਨ ਸਨਮਾਨ ਅੱਜ ਖਰਾਬ ਹੋ ਸਕਦਾ ਹੈ। ਕੰਨਿਆ ਰਾਸ਼ੀ ਵਾਲੇ, ਅੱਜ ਗੁਆਚਿਆ ਹੋਇਆ ਧਨ ਮਿਲ ਸਕਦਾ ਹੈ। ਤੁਲਾ ਰਾਸ਼ੀ ਵਾਲਿਆਂ ਨੂੰ ਅੱਜ ਜਿਹੜਾ ਹੈ ਨਜ਼ਰ ਦੋਸ਼, ਇੱਦਾਂ ਦੀ ਪ੍ਰੋਬਲਮ ਆ ਸਕਦੀ ਹੈ। ਵਰਿਸ਼ਚਿਕ ਰਾਸ਼ੀ ਵਾਲੇ, ਤੁਹਾਡਾ ਅੱਜ ਦਾ ਦਿਨ ਬਹੁਤ ਮਜ਼ੇਦਾਰ ਰਹਿ ਸਕਦਾ ਹੈ। ਧਨੂ ਰਾਸ਼ੀ ਵਾਲੇ, ਅੱਜ ਦਾ ਦਿਨ ਜਿਹੜਾ ਹੈ ਥੋੜ੍ਹਾ ਜਿਹਾ ਪ੍ਰੋਬਲਮਸ 'ਚੋਂ ਬਾਹਰ ਨਿਕਲੋਗੇ, ਵਪਾਰ ਅੱਛੀ ਸਥਿਤੀ 'ਤੇ ਹੋਏਗਾ। ਮਕਰ ਰਾਸ਼ੀ ਵਾਲੇ, ਵਿਦੇਸ਼ ਨਾਲ ਸੰਬੰਧਿਤ ਤਾਰ ਜੁੜ ਸਕਦੇ ਆ। ਕੁੰਭ ਰਾਸ਼ੀ ਵਾਲੇ, ਅੱਜ ਬੁਖਾਰ ਹੋ ਸਕਦਾ, ਅਤੇ ਮੀਨ ਰਾਸ਼ੀ ਵਾਲੇ ਜਾਤਕਾਂ ਨੂੰ ਜਿਹੜਾ ਹੈ ਧਨ ਜ਼ਿਆਦਾ ਆਉਣ ਦੇ ਨਾਲ ਅੱਜ ਮਨ ਪ੍ਰਸੰਨ ਰਹਿ ਸਕਦਾ ਹੈ। ਦਰਸ਼ਕੋ, ਸਾਡਾ ਵਾਇਸ ਆਫ ਏਸ਼ੀਅਨਸ ਨਾਮ ਤੋਂ ਅਖਬਾਰ ਵੀ ਨਿਕਲ ਰਿਹਾ, ਫੋਰਟਨਾਈਟਲੀ ਹੈ, ਅਤੇ ਸੇਮ ਨਾਮ ਤੋਂ ਹੀ ਸਾਡਾ ਯੂਟਿਊਬ ਚੈਨਲ ਵੀ ਹੈ। ਜਿਹੜੇ ਵੀ ਲੋਕ ਪੱਤਰਕਾਰ ਬਣਨਾ ਚਾਹੁੰਦੇ ਆ ਅਤੇ ਸਾਡੇ ਚੈਨਲ ਜਾਂ ਅਖਬਾਰ ਨਾਲ ਜੁੜਨਾ ਚਾਹੁੰਦੇ ਆ, ਵਰਲਡ ਦੇ ਵਿੱਚ ਕਿਤੋਂ ਵੀ ਹੋਵੇ, ਉਹ ਸਾਨੂੰ ਜੁਆਇਨ ਕਰ ਸਕਦੇ ਆ। ਲੇਕਿਨ ਉਹੀ ਲੋਕ ਕਰਨ ਜਿਹੜੇ ਇਮਾਨਦਾਰ ਨੇ, ਜਿਹੜੇ ਲੋਕ ਵਾਕਈ ਲੋਕਾਂ ਦੀ ਆਵਾਜ਼ ਨੂੰ ਜਿਹੜਾ ਹੈ ਉਠਾਉਣਾ ਚਾਹੁੰਦੇ ਆ, ਜਿਹੜੇ ਲੋਕ ਸਿਰਫ ਪੱਤਰਕਾਰੀ ਦੀ ਆਰਟ ਦੇ ਵਿੱਚ ਧਨ ਕਮਾਉਣਾ ਚਾਹੁੰਦੇ ਆ ਜਾਂ ਬੇਈਮਾਨੀ ਕਰਨਾ ਚਾਹੁੰਦੇ ਆ, ਉਹਨਾਂ ਦੀ ਪਲੀਜ਼ ਲੋੜ ਨਹੀਂ ਹੈਗੀ। ਅਤੇ ਨਵੇਂ ਲੋਕ ਜਿਹੜੇ ਫਰੈਸ਼ਰਸ ਨੇ, ਜਿਨ੍ਹਾਂ ਨੂੰ ਹਜੇ ਪੱਤਰਕਾਰੀ ਨਹੀਂ ਵੀ ਆਉਂਦੀ, ਉਹਨਾਂ ਨੂੰ ਵੀ ਅਸੀਂ ਸਿਖਾਵਾਂਗੇ, ਸਾਨੂੰ ਕੰਟੈਕਟ ਕਰ ਸਕਦੇ ਹੋ। ਬਹੁਤ ਸਾਰੇ ਦਰਸ਼ਕ ਪੁੱਛਦੇ ਕਿ ਸੁਖਵਿੰਦਰ ਜੀ, ਅਸੀਂ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ, ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ, ਜਾਂ ਟੈਲੀਫੋਨਿਕ ਅਪੁਆਇੰਟਮੈਂਟ ਵੀ ਲੈਣੀ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਵਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533, ਅਤੇ ਵਟਸਐਪ ਨੰਬਰ ਹੈ 9872620533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਸਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ, ਮਾਂ ਦੇ ਚਰਨ ਛੁਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋ ਜੂਗੀ। ਤੀਆਂ ਨੂੰ ਕੁੱਖਾਂ 'ਚ ਤਾਂ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰੀਓ, ਅਤੇ 10 ਵੰਦ ਕੱਢ ਕੇ ਨੇਕਮਾਂ 'ਚ ਖਰਚ ਕਰਦੇ ਰਹੋ, ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਈ ਸਵੇਰ ਦੇ ਨਾਲ, ਕੱਲ੍ਹ ਤੱਕ ਲਈ ਨਮਸਕਾਰ।